ਨਿੰਗ ਟੀਮ ਸਿਕੋਨੋਮਿਕਸ ਅੱਜ 골ਡ ਐਨਾਲਿਸਿਸ ਦਾ ਕੁਇਕ ਰਿਵਿਊ ਕਰਦੇ ਹਾਂ 왓 ਇਜ਼ देयर ਇਨ 골ਡ ਇਨ 골ਡ ਟੂਡੇ ਜਿਵੇਂ ਤੁਸੀਂ ਕੀ ਦੇਖ ਸਕਦੇ ਹੋ 골ਡ ਆਲ ਟਾਈਮ ਹਾਈ ਜਿਹੜਾ ਇਹਨਾਂ ਦਾ 20 uh, 25 31 ਸੀਗਾ ਉਹਨੂੰ ਇਹ ਟੱਚ ਕਰਨ ਦੀ ਕੋਸ਼ਿਸ਼ ਕੀਤੀ ਹੈ ਕੱਲ 골ਡ ਨੇ ਰੇਟ ਕੱਟ ਦਾ ਜਿਹੜਾ ਇੱਕ ਪੋਜ਼ਿਟਿਵ ਇਫੈਕਟ ਹੈ ਦਾ ਇੱਕ ਸਾਈਕੋਲੋਜੀਕਲ ਉਸ ਕਰਕੇ ਜਿਹੜਾ 골ਡ ਹੈਗਾ ਉਹ ਅਪਸਾਈਡ ਦਾ ਇੱਕ ਓਵਰਆਲ ਸਿਨੈਰੀਓ ਰੱਖ ਰਿਹਾ ਹੈ ਸੋ ਬੁਲਿਸ਼ ਹੈਗਾ ਇਹ 골ਡ ਡਬਲ ਟਾਪ ਬਣਨ ਕਰਕੇ ਤੁਸੀਂ ਦੇਖ ਸਕਦੇ ਹੋ ਕਿਵੇਂ ਵਾਪਸੀ ਕੀਤੀ ਹੈ 골ਡ ਨੇ ਠੀਕ ਹੈ 1 ਆਵਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਡੇਲੀ ਚ ਆਪਾਂ ਦੇਖ ਰਹੇ ਹਾਂ ਕਿਵੇਂ ਡੇਲੀ ਦੇ ਵਿੱਚ 골ਡ ਉਹ ਜੋਨ ਨੂੰ ਟੱਚ ਕਰਕੇ ਡੇਲੀ ਰੈਜ਼ਿਸਟੈਂਸ ਨੂੰ ਟੱਚ ਕਰਕੇ ਵਾਪਸ ਆ ਰਿਹਾ ਹੈ ਜਿਹੜਾ ਕੀ 50% ਤੱਕ ਆ ਸਕਦਾ ਹੈ 2500 ਤੱਕ ਆ ਸਕਦਾ ਹੈ 골ਡ 4 ਆਵਰ ਚ ਇੱਕ ਰੇਂਜ ਤੁਸੀਂ ਦੇਖ ਸਕਦੇ ਹੋ ਕਿਵੇਂ 골ਡ ਥਰਡ ਟਾਈਮ ਇੱਕ 올 ਟਾਈਮ ਹਾਈ ਟੱਚ ਕਰਕੇ ਵਾਪਸੀ ਸੋ 25 ਉਹ so, 7 ਦੇ ਵਿੱਚ ਇਹਨੂੰ ਜਿਹੜਾ ਹੈਗਾ ਸਪੋਰਟ ਮਿਲਣੀ ਚਾਹੀਦੀ ਹੈ 골ਡ ਨੂੰ ਓਵਰ ਆਲ ਜਿਹੜਾ ਇੱਕ ਬੁਲਿਸ਼ ਸਿਨੈਰੀਓ ਹੋਣ ਕਰਕੇ ਸੋ 1 ਆਵਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਨਸੋਲਿਡੇਸ਼ਨ ਹੈਗੀ ਹੈ ਅਪਸਾਈਡ ਤੋਂ ਸੈਲ ਤੇ ਡਾਊਨਸਾਈਡ ਤੋਂ ਬਾਈ ਹੋ ਸਕਦਾ ਹੈ 2500 ਦੇ ਜੋਨ ਚ ਤੁਸੀਂ স্মਾਲ ਟਾਈਮ ਫਰੇਮ ਚ ਆ ਕੇ ਦੇਖਣਾ ਕਿ ਕੋਈ ਅਗਰ ਬੁਲੇਸ਼ਨ ਗਲਫਿੰਗ ਪੈਟਰਨ ਜਾਂ ਕੋਈ ਰਿਵਰਸਲ ਪੈਟਰਨ ਬਣ ਰਿਹਾ ਹੈ ਜੇ ਤੁਹਾਨੂੰ ਇਦਾਂ ਦਾ ਕੋਈ ਪੈਟਰਨ ਮਿਲਦਾ ਯੂ ਕੈਨ ਐਂਟਰ ਤੁਹਾਡਾ ਡੈਸਕਟਾਪ ਲਸ سپورਟ ਦੇ نیچے ਰਹੇਗਾ ਇਸ ਜੋਨ ਦੇ ਵਿੱਚ ਤੁਹਾਡਾ ਜਿਹੜਾ ਹੈਗਾ ਐਂਟਰੀ ਇੱਥੋਂ ਕਿਸੇ ਵੀ ਹੋ ਸਕਦੀ ਹੈ ਟੀਪੀ ਤੁਹਾਡਾ ਰਜਿਸਟੈਂਸ ਤੋਂ ਥੋੜਾ ਜਿਹਾ ਪਿੱਛੇ ਹੋ ਸਕਦਾ ਹੈ ਕੋਈ ਮਤਲਬ ਬਹੁਤ ਵਧੀਆ ਮਿਲੇਗਾ ਤੁਹਾਨੂੰ 30 ਮਿੰਟ ਅਕੋਰਡਿੰਗ ਬਹੁਤ ਵਧੀਆ ਰੇਂਜ ਹੈਗੀ ਹੈ ਇਹ ਆਲਮੋਸਟ 260 ਪਿਪ ਦੀ ਰੇਂਜ ਹੈਗੀ ਹੈ ਸੋ ਇੱਥੋਂ ਅਗਰ ਬਾਏ ਕਰਦੇ ਹੋ ਤਾਂ ਇੱਥੇ ਤੱਕ ਤੁਸੀਂ ਟ੍ਰੇਡ ਨੂੰ ਟੀਪੀ ਰੱਖ ਸਕਦੇ ਹੋ ਇਟ ਮੀਨਸ 100 ਦੀ ਰੇਂਜ ਤੁਹਾਨੂੰ 100 ਪਿਪ ਦੀ ਰੇਂਜ ਵਨ ਸਾਈਡਡ ਹੈਗੀ ਹੈ ਸੋ ਇਹ ਵੀ ਹੋ ਸਕਦਾ ਹੈ ਤੇ ਅੱਜ ਕੋਈ ਖਾਸ ਨਿਊਜ਼ ਨਹੀਂ ਹੈ ਜਿਸ ਕਰਕੇ ਸਾਨੂੰ ਕੋਈ ਵੱਡਾ ਇੰਪੈਕਟ ਨਜ਼ਰ ਨਹੀਂ ਆਏਗਾ ਨਾਰਮਲ ਵੋਲਿਊਮ ਰਹੇਗਾ ਗੋਲਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਟ੍ਰੈਂਡ ਲਾਈਨ ਰਿਸਪੈਕਟ ਹੋ ਰਹੀ ਹੈ ਸੋ ਅਗਰ ਇਹ ਬ੍ਰੀਚ ਹੁੰਦੀ ਹੈ ਇਹ ਡਾਊਨ ਆਏਗੀ ਫਿਰ ਉਸ ਤੋਂ ਬਾਅਦ ਇਹ ਜਿਵੇਂ ਤੁਸੀਂ ਇਹ ਕੈਂਡਲ ਦੇਖ ਸਕਦੇ ਹੋ ਲੈਫਟ ਹੈਂਡ ਸਾਈਡ ਤੇ ਕਿਵੇਂ ਇਹ ਕੈਂਡਲ ਬਣੀ ਹੈ ਇਸ ਜ਼ੋਨ ਦੇ ਵਿੱਚ ਸੋ ਅਗਰ ਇਦਾਂ ਦਾ ਕੋਈ ਸਟਰਕਚਰ ਇੱਥੇ ਬਣਦਾ ਹੈ ਯੂ ਕੈਨ ਗੋ ਫॉर ਅ ਬਾਏ ਕਵਿਕਲੀ ক্লোਜ਼ ਨਾ ਕਰਨਾ ਪ੍ਰੇਕੀਵੰਤ ਲਿਆ ਕੇ ਛੱਡ ਦਿਓ ਅਪਸਾਈਡ ਤੱਕ ਵੇਟ ਕਰੋ ਪੇਸ਼ੈਂਸ ਰੱਖੋ ਇਹ ਇੱਕ ਕੀ ਸਟ੍ਰੈਟਜੀ ਹੈਗੀ ਹੈ ਸਾਡੀ ਠੀਕ ਹੈ ਬਾਕੀ ਕੋਸ਼ਿਸ਼ ਕਰਾਂਗੇ ਸ਼ਾਮ ਨੂੰ ਲਾਈਵ ਆਵਾਂਗੇ ਤੁਹਾਡੇ ਨਾਲ ਮੁਲਾਕਾਤ ਹੋਏਗੀ ਸੋ ਕੀਪ ট্রেਡਿੰਗ ਸੇਫ ট্রেਡਿੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ